ਨਸ਼ਾ ਛਡਾਊ ਕੇਂਦਰ ਦੇ ਵਿੱਚ ਦਾਖਲ ਰਹੇ ਨੌਜਵਾਨ ਦੀ ਮੌਤ ਹੋ ਗਈ। ਪਰਿਵਾਰ ਦੇ ਵੱਲੋਂ ਸੈਂਟਰ ਵਾਲਿਆਂ ਤੇ ਗੰਭੀਰ ਇਲਜ਼ਾਮ ਲਗਾਏ ਗਏ ਨੇ। ਉਹਨਾਂ ਨੇ ਦੱਸਿਆ ਕਿ 2 ਮਹੀਨੇ ਪਹਿਲਾਂ ਨੌਜਵਾਨ ਨੂੰ ਇਸ ਸੈਂਟਰ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਇਸ ਦੀ ਕੁੱਟਮਾਰ ਕੀਤੀ ਗਈ। ਜਦੋਂ ਮਿਲਣ ਦੇ ਲਈ ਆਏ ਤਾਂ ਉਸ ਦੀ ਸਿਹਤ ਠੀਕ ਨਹੀਂ ਸੀ, ਤਾਂ ਉਹ ਨੌਜਵਾਨ ਨੂੰ ਆਪਣੇ ਨਾਲ ਹੀ ਲੈ ਆਏ। ਫਰੀਦਕੋਟ ਦੇ ਸਿਵਲ ਹਸਪੀਟਲ ਦੇ ਵਿੱਚ ਦਾਖਲ ਕਰਵਾਇਆ ਗਿਆ, ਜਿੱਥੇ ਉਸ ਨੂੰ ਵਾਪਸ ਘਰ ਭੇਜ ਦਿੱਤਾ। ਘਰ ਆਉਂਦਿਆਂ ਹੀ ਉਸ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਫਰੀਦਕੋਟ ਦੇ ਪਿੰਡ ਦੀਪ ਸਿੰਘ ਵਾਲਾ ਦੇ 35 ਸਾਲ ਦੇ ਨੌਜਵਾਨ ਕੁਲਦੀਪ ਸਿੰਘ, ਜੋ ਨਸ਼ੇ ਦਾ ਆਦੀ ਸੀ, ਇਲਾਜ ਲਈ ਪਰਿਵਾਰ ਦੇ ਵੱਲੋਂ ਪਿੰਡ ਬਿਸ਼ਨਦੀ ਵਿਖੇ ਚੱਲ ਰਹੇ ਨਸ਼ਾ ਛਡਾਊ ਕੇਂਦਰ ਦੇ ਵਿੱਚ 2 ਮਹੀਨੇ ਪਹਿਲਾਂ ਦਾਖਲ ਕਰਵਾਇਆ ਗਿਆ ਸੀ। ਜਦੋਂ ਉਸਦਾ ਪਰਿਵਾਰ ਉਸਨੂੰ ਮਿਲਣ ਆਇਆ ਤਾਂ ਉਸਦੀ ਹਾਲਤ ਜ਼ਿਆਦਾ ਵਧੀਆ ਨਹੀਂ ਸੀ, ਇਸ ਕਰਕੇ ਉਹ ਆਪਣੇ ਨਾਲ ਹੀ ਲੈ ਗਏ। ਪਹਿਲਾਂ ਹਸਪਤਾਲ ਦੇ ਵਿੱਚ ਲੈ ਗਏ, ਫਿਰ ਘਰ ਲਿਆਂਦਾ ਗਿਆ, ਜਿੱਥੇ ਉਸਦੀ ਮੌਤ ਹੋ ਗਈ। ਲੋਕਾਂ ਦੇ ਮੁਤਾਬਿਕ ਇਹ ਨਸ਼ਾ ਛਡਾਊ ਕੇਂਦਰ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਿਹਾ ਔਰ ਇਹਨਾਂ ਦੇ ਵੱਲੋਂ ਨੌਜਵਾਨ ਦੀ ਕੁੱਟਮਾਰ ਕੀਤੀ ਗਈ, ਤਾਂ ਪੁਲਿਸ ਦੇ ਵੱਲੋਂ ਪ੍ਰਬੰਧਕਾਂ ਦੇ ਖਿਲਾਫ ਮਾਮਲਾ ਦਰਜ ਕਰਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ। ਮੇਰਾ ਬ੍ਰਦਰ ਸੀ, ਮਤਲਬ ਘਰੇ ਮਾੜਾ ਮੋਟਾ ਨਸ਼ਾ ਵਗੈਰਾ ਕਰਦਾ ਸੀ, ਹੈ ਨਾ, ਅਤੇ ਸਾਨੂੰ ਚਲੋ ਪਤਾ ਲੱਗਿਆ ਵੀ ਸੈਂਟਰ ਆ ਬਿਸ਼ਨੋਈ ਪਿੰਡ ਬਿਸ਼ਨੰਦੀ, ਅਤੇ ਚਲੋ ਅਸੀਂ ਉੱਥੇ ਦਾਖਲ ਕਰਵਾਤਾ ਵੀ ਚਲੋ ਠੀਕ ਆ ਵੀ ਵਧੀਆ ਹੋ ਜੂ, ਹੈ ਨਾ। ਅਸੀਂ 2 ਮੰਥ ਹੋ ਗਏ ਸਾਨੂੰ, ਹਾਂਜੀ 2 ਮੰਥ ਉੱਥੇ ਰਹਿ, ਅਤੇ ਫਿਰ ਜੀ ਇੱਕ ਦੋ ਦਿਨ ਸਾਨੂੰ ਉਹਨਾਂ ਨੇ ਫੋਨ ਕੀਤਾ ਵੀ 3 ਮੰਥ ਦੀ ਪੇਮੈਂਟ ਇੱਥੇ ਜਮ੍ਹਾਂ ਕਰਾ ਜਾਓ। ਚਲੋ ਅਸੀਂ ਪੇਮੈਂਟ ਉੱਥੇ ਜਮ੍ਹਾਂ ਕਰਾਉਣ ਗਏ, ਹੈ ਨਾ, ਅਤੇ ਮਤਲਬ ਉਹਨੇ ਸਾਨੂੰ ਦਿਖਾਇਆ, ਜਦੋਂ ਉਹਦੀ ਹਾਲਤ ਬਹੁਤ ਗੰਭੀਰ ਸੀ, ਮਤਲਬ ਬਹੁਤ ਜ਼ਿਆਦਾ ਇੱਥੇ ਮਤਲਬ ਟੱਕ ਵਗੈਰਾ ਸੀ, ਜਿੱਦਾਂ ਮਨ ਕਾਫੀ ਕੁੱਟਿਆ ਹੁੰਦਾ ਨਾ, ਵੀ ਕਮਜ਼ੋਰੀ ਇੰਨੀ ਕਿ ਉੱਥੇ ਬੰਦੇ ਤੋਂ ਉੱਠ ਕੇ ਵੀ ਖੜ੍ਹਾ ਨਹੀਂ ਹੋਇਆ ਜਾਂਦਾ ਸੀ। ਚਲੋ ਹਾਲਤ ਦੇਖੀ ਅਤੇ ਮਤਲਬ ਉਹਨਾਂ ਦਾ ਅਸੀਂ ਪੁੱਛਿਆ ਵੀ ਕੀ ਗੱਲ ਹੋ ਗਈ, ਵੀ ਤੁਸੀਂ ਕੁੱਟਿਆ ਵਗੈਰਾ ਜਾਂ ਕੀ ਆ, ਕਹਿੰਦੇ ਬਿਮਾਰ ਆ ਵੀ, ਹੈ ਨਾ। ਚਲੋ ਫਿਰ ਅਸੀਂ ਕੋਈ ਪੈਸਾ ਨਹੀਂ ਭਰਿਆ 3 ਮਹੀਨੇ ਦਾ, ਚਲੋ ਅਸੀਂ ਉਹਨੂੰ ਲੈ ਕੇ ਆ ਗਏ। ਮੈਡੀਕਲ ਆ ਗਈ ਰਾਤ ਨੂੰ 8 ਵਜੇ, ਚਲੋ ਮੈਡੀਕਲ ਰੱਖਿਆ ਜੀ, ਰਾਤ ਇਹਨਾਂ ਨੇ ਰੱਖਿਆ ਮੈਡੀਕਲ, ਇਹਨਾਂ ਨੇ ਸਾਨੂੰ ਕੁਛ ਨਹੀਂ ਦੱਸਿਆ ਵੀ ਕੀ ਆ ਕੀ ਨਹੀਂ, ਤੜਕੇ ਇਹਨਾਂ ਨੇ ਸਾਨੂੰ ਛੁੱਟੀ ਦੇ ਦਿੱਤੀ, ਛੁੱਟੀ ਅਸੀਂ ਘਰੇ ਲੈ ਗਏ, ਉਸ ਤੋਂ ਬਾਅਦ ਉਹਨਾਂ ਦੀ ਡੈਥ ਹੋ ਗਈ। ਨਹੀਂ ਕੀਤਾ ਪਰ ਉਹਨਾਂ ਨੇ ਖੁਦ ਬਿਆਨ ਦਿੱਤਾ ਮੇਰੇ ਨਾਲ ਕੁੱਟਮਾਰ ਹੋਈ ਹੈ। ਕਾਰਵਾਈ ਚਾਹੁੰਦੇ ਸੀ ਕਿ ਸਾਨੂੰ ਇਨਸਾਫ ਮਿਲਣਾ ਚਾਹੀਦਾ ਜੀ, ਮਤਲਬ ਜੋ ਵੀ ਪ੍ਰਾਈਵੇਟ ਚੱਲ ਰਹੇ ਆ ਇਹਨਾਂ ਨੂੰ ਬੰਦ ਕਰਨਾ ਚਾਹੀਦਾ, ਕਿਉਂਕਿ ਸਾਡੇ ਨਾਲ ਹੋਇਆ ਕੱਲ ਨੂੰ ਕਿਸੇ ਹੋਰ ਨਾਲ ਵੀ ਹੋ ਸਕਦਾ। ਪੁਲਿਸ ਵੱਲੋਂ ਕੋਈ ਕਾਰਵਾਈ ਕੀਤੀ ਜਾ ਰਹੀ ਹੈ ਇਸ ਸੰਬੰਧੀ ਜਾਂ ਕੋਈ ਤੁਹਾਡੇ ਵੱਲੋਂ ਕੰਪਲੇਂਟ ਲਗਾਈ ਹੈ? ਪੁਲਿਸ ਵੱਲੋਂ ਸਰ ਚੱਲ ਰਹੀ ਹੈ ਕਾਰਵਾਈ, ਪਰ ਸਾਨੂੰ ਹਜੇ ਕਿਸੇ ਨੇ ਕੁਛ ਨਹੀਂ ਦੱਸਿਆ। ਇਹ ਮਾਮਲਾ ਸਰ ਇਹ ਸੀਗਾ ਕਿ 2 ਮਹੀਨੇ ਪਹਿਲਾਂ ਜਿਹੜਾ ਕੁਲਦੀਪ ਨਾਂ ਦਾ ਲੜਕਾ ਜਿਹੜਾ ਦੀਪ ਸਿੰਘ ਵਾਲੇ ਤੋਂ ਆ, ਉਹ ਬਿਸ਼ਨੰਦੀ ਪਿੰਡ ਦੇ ਵਿੱਚ ਇੱਕ ਨਸ਼ਾ ਛਡਾਊ ਕੇਂਦਰ ਆ ਜਿਹੜਾ ਪ੍ਰਾਈਵੇਟ ਤੌਰ 'ਤੇ ਜਿਹੜਾ ਉਹਨਾਂ ਨੇ ਆਪਦਾ ਨਿੱਜੀ ਖੋਲਿਆ ਹੋਇਆ, ਜਿਹੜਾ ਮਾਨਤਾ ਪ੍ਰਾਪਤ ਵੀ ਨਹੀਂ ਗਾ, ਅਤੇ ਉੱਥੇ ਨਾ ਹੀ ਉਸ ਸੈਂਟਰ ਦੇ ਵਿੱਚ ਕੋਈ ਡਾਕਟਰ ਆ ਸੀ, ਪੜਤਾਲ ਕੀਤੀ ਹੈ ਸਾਰੀ, ਅਤੇ ਨਾ ਹੀ ਕੋਈ ਉੱਥੇ ਕੋਈ ਉਹਨਾਂ ਨੂੰ ਖਾਦ ਖੁਰਾਕ ਚੰਗੀ ਜਿਹੜੀ ਦਿੱਤੀ ਜਾਂਦੀ ਸੀ। ਚਾਹੀਦਾ ਤਾਂ ਇਹ ਸੀਗਾ ਕਿ ਜਿਹੜੇ ਨਸ਼ਾ ਛੱਡ ਰਹੇ ਆ, ਜਿਹਨਾਂ ਦਾ ਨਸ਼ਾ ਛਡਾ ਰਹੇ ਆ, ਉਹਨਾਂ ਨੂੰ ਕੋਈ ਚੰਗੀ ਖੁਰਾਕ ਦਿੱਤੀ ਜਾਂਦੀ, ਕੋਈ ਚੰਗੇ ਉੱਥੇ ਡਾਕਟਰ ਹੁੰਦੇ ਉਹਨਾਂ ਨੂੰ ਦਵਾਈ ਵਗੈਰਾ ਦੇਣ ਲਈ, ਪਰ ਉਹਨਾਂ ਕੋਲ ਇੱਕੋ ਹੀ ਇਲਾਜ ਸੀਗਾ ਡਾਂਗ, ਵੀ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਬਸ ਛੇਤਰ ਪਰੇਟ ਉਹਦੀ ਕਰਦੇ ਆ। ਇਹੋ ਹੀ ਕੁਛ ਕੁਲਦੀਪ ਦੇ ਨਾਲ ਹੋਇਆ ਜੀ।
ਕੁਲਦੀਪ ਨੂੰ ਵੀ ਜਦੋਂ ਉਹਨਾਂ ਨੇ ਤੀਸਰੇ ਮਹੀਨੇ ਦੀ ਇਹਨਾਂ ਦੀ ਪੇਮੈਂਟ ਜਮ੍ਹਾਂ ਕਰਾਉਣ ਲਈ ਇਹਨਾਂ ਦੇ ਪਰਿਵਾਰ ਨੂੰ ਫੋਨ ਕਰਕੇ ਸੱਦਿਆ, ਇਹਨਾਂ ਨੇ ਦੇਖਿਆ ਜਾ ਕੇ ਵੀ ਉਹਦੇ ਸੱਟਾਂ ਲੱਗੀਆਂ ਹੋਈਆਂ ਸੀ, ਉਹਨਾਂ ਤੋਂ ਪੁੱਛਿਆ ਵੀ ਇਹ ਕੀ ਕਾਰਨ ਆ, ਇਹਦੇ ਸੱਟਾਂ ਕਿਵੇਂ ਲੱਗੀਆਂ। ਉਹਨਾਂ ਦਾ ਇਹੀ ਕਹਿਣਾ ਸੀ ਕਿ ਬਿਮਾਰ ਆ, ਇਹਨੂੰ ਤੁਸੀਂ ਲੈ ਜਾਓ। ਜਦੋਂ ਲਿਆਏ ਅਤੇ ਹੋਸਪਿਟਲ ਦੇ ਵਿੱਚ ਇਹਨਾਂ ਦਾਖਲ ਕਰਵਾਤਾ, ਇੱਥੋਂ ਡਾਕਟਰਾਂ ਨੇ ਵੀ ਕੋਈ ਉਹਦੀ ਹਾਲਤ 'ਚ ਕੋਈ ਸੁਧਾਰ ਨਾ ਆਉਂਦਾ ਦੇਖ ਕੇ ਸ਼ਾਇਦ ਛੁੱਟੀ ਦੇਤੀ ਅਤੇ ਉਹਦੀ ਜਿਹੜੀ ਡੈਥ ਹੋ ਗਈ ਆ। ਪੁਲਿਸ ਤੋਂ ਮੰਗ ਕੀਤੀ SSP ਸਾਹਿਬ ਨੂੰ ਲਿਖਤੀ ਸ਼ਿਕਾਇਤ ਦੇ ਕੇ ਵੀ ਇਹਨਾਂ ਦੇ ਖਿਲਾਫ਼ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ। ਪੁਲਿਸ ਨੇ 304 ਦਾ ਜਿਹੜਾ ਮੁਕੱਦਮਾ ਦਰਜ ਕਰਤਾ 34 ਲਾ ਕੇ ਨਾਲ, ਠੀਕ ਆ। ਅਤੇ ਉਹਦੇ ਵਿੱਚ ਅਸੀਂ ਇਹ ਵੀ ਮੰਗ ਕਰਦੇ ਹਾਂ ਕਿ ਉਹਨਾਂ ਦਾ ਜਿਹੜਾ ਅਨਲੀਗਲ ਕੰਮ ਆ ਉਹ ਵੀ ਉਹਨਾਂ ਦੀ ਪੜਤਾਲ ਕਰਕੇ ਜਿਹੜਾ ਉਹਨਾਂ ਦੇ ਜੁਰਮ ਦੇ ਵਿੱਚ ਜਿਹੜਾ ਹੋਰ ਵੀ ਵਾਧਾ ਕੀਤਾ ਜਾਵੇ। ਅਤੇ ਮੰਗ ਕਰਦੇ ਹਾਂ ਕਿ ਉਹਨਾਂ ਦੇ ਖਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਹੋਣੀ ਚਾਹੀਦੀ ਹੈ। ਅਤੇ ਨਾਲ ਪੰਜਾਬ ਸਰਕਾਰ ਤੋਂ ਵੀ ਅਸੀਂ ਮੰਗ ਕਰਦੇ ਹਾਂ ਕਿ ਕਿਰਪਾ ਕਰਕੇ ਜੇਕਰ ਪੰਜਾਬ ਸਰਕਾਰ ਨਸ਼ਾ ਬੰਦ ਕਰਨ ਵਾਲੇ ਪਾਸੇ ਤਾਂ ਹੈ ਨਹੀਂ, ਜੇ ਲੋਕ ਵੀ ਚਾਹੁੰਦੇ ਆਪਦੇ ਧੀਆਂ ਪੁੱਤਾਂ ਨੂੰ ਬਚਾਉਣਾ ਨਸ਼ੇ ਤੋਂ, ਸੈਂਟਰਾਂ ਦੇ ਵਿੱਚ ਭੇਜ ਰਹੇ ਆ, ਅਤੇ ਸਰਕਾਰ ਕਿਰਪਾ ਕਰਕੇ ਸਰਕਾਰੀ ਸੈਂਟਰ ਖੋਲ੍ਹੇ, ਉੱਥੇ ਡਾਕਟਰਾਂ ਦਾ ਪ੍ਰਬੰਧ ਹੋਵੇ, ਉਹਨਾਂ ਦੇ ਖਾਣ ਪੀਣ ਦਾ ਰਹਿਸ਼ ਦਾ ਕੋਈ ਪ੍ਰਬੰਧ ਹੋਵੇ ਚੰਗਾ। ਇਸ ਤਰ੍ਹਾਂ ਜਿਹੜੇ ਆ ਕਸਾਈਖਾਨੇ ਖੁੱਲ੍ਹੇ ਆ ਇਹਨਾਂ ਨੂੰ ਬੰਦ ਕਰਵਾ ਕੇ ਇਹਨਾਂ 'ਤੇ ਜਿਹੜੀ ਤੁਰੰਤ ਕਾਰਵਾਈ ਕੀਤੀ ਜਾਣੀ ਚਾਹੀਦੀ। ਇੱਕ ਲੜਕੇ ਦੀ ਮੌਤ ਹੋਈ ਹੈ ਜਿਸਦੇ ਪਰਿਵਾਰ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਆ ਕਿ ਨਸ਼ਾ ਛੁਡਾਓ ਕੇਂਦਰ ਦੌਰਾਨ ਉਸਦੀ ਕੁੱਟਮਾਰ ਹੋਈ ਹੈ ਜਦੋਂ ਉਹ ਦਾਖਲ ਸੀਗਾ। ਕੀ ਮਾਮਲਾ ਸੀ ਸਰ, ਹੁਣ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਸ਼ਿਕਾਇਤ ਹੈ? ਮਾਮਲਾ ਇਹ ਹੈ ਕਿ ਕੁਲਦੀਪ ਸਿੰਘ ਸਨ ਆਫ ਸੋਮਾ ਵਾਸੀ ਦੀਪ ਸਿੰਘ ਵਾਲਾ, ਜੋ ਮਿਤੀ 21/10/23 ਨੂੰ ਦਾਖਲ ਕਰਵਾਇਆ ਗਿਆ ਸੀਗਾ ਸੈਂਟਰ ਦੇ ਵਿੱਚ ਪਿੰਡ ਬਸਨੰਦੀ। ਮਿਤੀ 21/12/23 ਨੂੰ ਉੱਥੋਂ ਲੈ ਕੇ ਆਉਂਦਾ ਅਤੇ ਮੈਡੀਕਲ ਦੇ ਵਿੱਚ ਦਾਖਲ ਕਰਵਾਇਆ ਗਿਆ, ਉਸ ਤੋਂ ਜਿਸ ਦੀ ਮੌਤ ਹੋ ਗਈ ਹੈ ਅਤੇ ਬਣਦੀ ਕਾਰਵਾਈ ਕੀਤੀ ਗਈ ਹੈ। ਮੁਕੱਦਮਾ ਨੰਬਰ ਇਲਜ਼ਾਮ ਅਤੇ ਮੁਕੱਦਮਾ ਨੰਬਰ 200 206 ਮਿਤੀ 23/12/23 ਅੰਡਰ ਸੈਕਸ਼ਨ 304-34 IPC ਦਰਜ ਰਜਿਸਟਰ ਥਾਣਾ ਜੈ ਤੋਂ ਕੀਤਾ ਗਿਆ। ਸਰ ਕੋਈ ਇਸ ਮਾਮਲੇ ਵਿੱਚ ਕਿਸੇ ਦੀ ਗ੍ਰਿਫਤਾਰੀ ਹੋਈ ਹੈ ਜਾਂ ਨਹੀਂ? ਪੋਸਟਮਾਰਟਮ ਕਰਵਾਇਆ ਗਿਆ, ਪੋਸਟਮਾਰਟਮ ਹੋਣ ਤੋਂ ਬਾਅਦ ਅਗਲੀ ਕਾਰਵਾਈ ਅਮਲ ਵਿੱਚ ਲੈਂਦੀ ਹੈ।